ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਦੱਸੋ ਜੀ ਕਿੱਦਾਂ, ਸਾਰੇ ਜਾਣੇ ਠੀਕ ਠਾਕ ਵਧੀਆ? ਤੇ ਅਸੀਂ ਵੀ ਵਧੀਆ ਠੀਕ ਠਾਕ। ਤੇ ਅੱਜ ਆਪਾਂ ਹੋ ਗਿਆ ਰੈਡੀ, ਰਾਤ ਦਾ ਕਿੰਨਾ ਟਾਈਮ ਹੋ ਗਿਆ? 7:45। ਤੇ ਆਪਾਂ ਚੱਲੇ ਹਾਂ ਪਾਰਟੀ ਤੇ। ਤੁਸੀਂ ਵੀ ਦੱਸ ਦਿਓ ਆਪਾਂ, ਅਸੀਂ ਚੱਲੇ ਪਾਰਟੀ ਤੇ ਇੱਧਰ। ਤੇ ਸ਼ਾਨੀ ਵੀ ਇੱਧਰ ਤਿਆਰ ਹੋ ਗਿਆ, ਸ਼ਾਨੀ ਦੀ ਲੁੱਕ ਵੇਖ ਲਓ। ਚੱਲ ਇੱਧਰ ਨੂੰ ਕਰਕੇ ਬੁੱਬੀ, ਉੱਧਰ ਆਏ। ਅੱਜ ਅਸੀਂ ਵੀ ਨਵਾਂ ਸੂਟ ਪਾਇਆ ਸੀਗਾ, ਪਾ ਲਈਏ। ਵੈਸੇ ਤਾਂ ਮੈਂ ਪਾਉ ਨਹੀਂ ਡਈ, ਇੰਡੀਆ ਤੋਂ ਸੂਟ ਲਿਆਉਂਦੇ, ਇੰਡੀਆ ਲੈ ਕੇ ਚੱਲ ਜਾਵਾਂਗੇ ਵੀ ਹਜੇ, ਪਰ ਸਾਡੇ ਪੇਪਰ ਨਹੀਂ ਆਏ, ਕੀ ਕਰੀਏ। ਬਾਕੀ ਬੜੇ ਮੈਸੇਜ ਆਉਣ ਡੇ ਕਿ ਤੁਸੀਂ ਦੱਸ ਦਿਓ ਵੀ ਇੰਡੀਆ ਕਦੋਂ ਜਾਣਾ ਕਦੋਂ ਜਾਣਾ। ਅਤੇ ਅਜੇ ਤਾਂ ਬਸ ਪੇਪਰਾਂ ਦੀ ਡੀਕ ਹੈ, ਜਿੱਦਣ ਆ ਗਏ ਉੱਦਣ ਹੀ ਚੱਲ ਜਾਣਾ। ਅਤੇ ਅੱਜ ਆਇਆ ਜੋਬਨ ਵੀ ਨਾਲ। ਅਤੇ ਜੋਬਨ ਤੂੰ ਦੱਸ ਦੇ ਕਦੋਂ ਜਾਣਾ, ਮੇਰੇ ਨਾਲ ਹੀ ਜਾਣਾ, ਮੈਂ ਤੇਰੇ ਤੋਂ ਭਰਾ ਪਹਿਲਾਂ ਜਾਣਾ। ਦੱਸ ਦੇ ਕਿ ਉਹਦਾ ਮੂੰਹ ਵੇਖ ਉਤਰਨ, ਅਜੇ ਹੀਟ ਵੀ ਕੱਲਾ ਘਰ ਚੱਲਣ ਡੀ। ਨਿਕਲ ਲੱਗੇ ਰਾਤ ਦੇ ਹਨੇਰੇ ਚ, ਮੇਰੀ ਚੁੰਨੀ ਵਾਲੀ ਖਿੱਚ ਲਈ ਆ। ਬਾਕੀ ਸਾਰੇ ਜਣੇ ਕਮੈਂਟ ਕਰਦੇ ਸੀ ਵੀ ਗੁਰਸਾਹਿਬ ਕਿਉਂ ਰੋਣ ਡਿਆ, ਗੁਰਸਾਹਿਬ ਇਸ ਕਰਕੇ ਰੋਣ ਡਿਆ ਸੀ, ਅੱਜ ਉਹਨੇ ਇਹਨੂੰ ਫੜੀ ਮੇਰਾ ਵੀਰ, ਇਸ ਕਰਕੇ ਰੋਣ ਡਿਆ ਸੀ ਕਿਉਂਕਿ ਇਹਨੇ ਨਾ ਚੱਪਲਾਂ ਮੂੰਹ 'ਚ ਪਾਈਆਂ ਅਤੇ ਮੈਂ ਇਹਨੂੰ ਗੁੱਸੇ ਹੋਈ, ਤਾਂ ਇਹ ਇਸ ਕਰਕੇ ਰੋਣ ਡਿਆ ਪਿਆ ਵੀ ਹਾਂ ਬਈ ਮੈਨੂੰ ਗੁੱਸਾ ਕਿਉਂ ਕੀਤਾ। ਅਤੇ ਜੋਬਨੇ ਬਹੁਤ ਰੋਇਆ, ਅਤੇ ਗੁਰਸ਼ਾਨ ਇਹਨੂੰ ਪਰ ਕੀ ਕਹਿੰਦਾ, ਇਹ ਰੀਅਲ ਲਾਈਫ ਵਾਲਾ ਬੱਚਾ ਵਾ ਜਿਹੜਾ ਰੋਂਦਾ ਆ ਇੱਦਾਂ। ਪਹਿਲਾਂ ਤਾਂ ਵੈਸੇ ਜੋਬਨ ਤੇਰੇ ਵੱਲ ਵੇਖ ਕੇ ਵੀ ਰੋਣ ਡਿਆ ਪਿਆ ਸੀ, ਹੁਣ ਹੁਣ ਉਹਨੂੰ ਪਤਾ ਲੱਗ ਗਿਆ ਕਿ ਮਾਮੂ ਆਇਆ ਆ। ਲਓ ਜੀ ਆਪਾਂ ਹੋ ਗਿਆ ਤਿਆਰ, ਤੇ ਆ ਗਏ ਸੀ ਗੱਡੀ 'ਚ, ਪਰ ਗੱਡੀ 'ਚ ਬੈਠ ਕੇ ਫਿਰ ਉਹਨੂੰ ਚੇਤਾ ਵੀ ਸਾਡਾ ਗਿਫਟ ਜਿਹੜਾ ਸੀ ਨਾ ਫੜਿਆ ਸੀ, ਤੇ ਉਹ ਸਾਹਿਬ ਨੂੰ ਚੁੱਕ ਲਿਆ ਤਰਨ ਨੇ, ਮੈਂ ਸਮਾਨ ਚੱਕ ਲਿਆ ਇਹਦਾ, ਮਤਲਬ ਕਿ ਦੁੱਧ ਵਗੈਰਾ, ਤੇ ਉੱਥੇ ਪਿਆ ਰਹਿ ਗਿਆ। ਹੁਣ ਤਰਨ ਲੈਣ ਗਏ ਆ, ਅਤੇ ਸਾਡੇ ਪੈਣ ਡਿਆ ਪਿਆ ਥੋੜ੍ਹਾ ਥੋੜ੍ਹਾ ਮੀਂਹ, ਅਤੇ ਗੁਰਸਾਹਿਬ ਨੂੰ ਹੁਣ ਚੇਤਾ ਆਇਆ ਕਿ ਮੈਂ ਖੈਪ ਵੀ ਪਾਈ ਆ ਸਿਰ 'ਤੇ, ਲਾਉਣ ਲੱਗੇ ਸੀ। ਅਤੇ ਚੱਲਦੇ ਹਾਂ ਸਾਹਿਬਾਂ ਪੁੱਤ ਆਵੇ ਡਿਆ ਖੇਡਣ, ਇੱਦਾਂ ਤਾਂ ਬਹੁਤ ਦੋਵੇਂ ਜਣੇ ਖੁਸ਼ ਰਹਿੰਦੇ। ਆ ਗਏ ਪਾਪਾ? ਨਹੀਂ ਅਜੇ ਆਈ ਨਹੀਂ, ਇੱਥੋਂ ਆਉਣ ਹੀ ਵਾਲੇ ਆ ਬਸ। ਅਤੇ ਅੱਜ ਸਾਡੇ ਠੰਡ ਵੀ ਇੰਨੀ ਆ, -1-2 'ਤੇ ਟੈਂਪਰੇਚਰ ਹੋਇਆ ਗਿਆ ਆ। ਅਤੇ ਸਾਹਿਬਾਂ ਤੁਸੀਂ ਗਿੱਧੇ ਚੱਲੇ ਹਾਂ, ਅਤੇ ਅੱਜ ਅਸੀਂ ਦੱਸਿਓ ਕਮੈਂਟ ਕਰਕੇ ਵੀ ਹੁਣ ਤੁਹਾਨੂੰ ਆਵਾਜ਼ ਆਉਂਦੀ ਕਿ ਨਹੀਂ ਆਉਂਦੀ, ਕਿਉਂਕਿ ਮੇਰੇ ਕੋਲ ਨਾ ਕੋਈ ਮਾਈਕ ਨਹੀਂ ਹੈਗਾ, ਤਾਂ ਬਸ ਇਸ ਕਰਕੇ ਲੱਗਦਾ। ਆ ਗਏ ਪਾਪਾ? ਉਹ ਆ ਗਏ ਕਿੱਦਾਂ ਤਰਨ, ਕਿੱਥੇ ਰੱਖਿਆ ਸੀ? ਹਾਂ ਉੱਥੇ ਪਿਆ ਰਹਿ ਗਿਆ। ਚਲੋ ਚੱਲੀਏ ਹੁਣ ਆਪਾਂ। ਚਲੋ ਚੱਲੀਏ, ਤੈਨੂੰ ਮਿਲਾ ਤਾਂ ਤੇਜ਼ ਨਹੀਂ ਹੋ ਗਿਆ ਮੀ ਹੈਨਾ? ਜੋਬਨ ਵੀ ਲੱਗਦਾ ਜਿਹੜੀਆਂ ਲਾਈਟਾਂ ਚਲੋ ਕਰ ਛੜੀਆਂ ਸ਼ਾਨ ਤੋਂ। ਵਾਹ ਸ਼ਾਨ, ਉਧਰ ਵੀ ਕਿੰਨਾ ਸੋਹਣਾ ਲੱਗਣੇ ਅੱਗੇ ਮੀ ਮਿੰਦਾ ਤਾਂ, ਜਦ ਤੱਕ ਵਾਪਸ ਅਸੀਂ ਆਉਣਾ ਨਾ ਉਦ ਤੱਕ ਜ਼ਿਆਦਾ ਹੋ ਜਾਣਾ। ਜੋਬਨ ਚੱਲ ਗਿਆ, ਮਿਲ ਗਿਆ ਜੋਬਨ ਖਲੋਤਾ ਆ। ਬਾ ਵੀਡੀਓ ਬਣਾਇਆ ਵਾ ਲੱਗਿਆ ਸੱਚ ਦੇ ਉਹਦੇ ਪਈ ਹਾਂਜੀ। ਦੱਸੋ ਤੁਸੀਂ ਸਿਰ ਸਿਰੇ ਉੱਠ ਕੇ ਕੀ ਕਰਨਾ ਹੁੰਦਾ ਕੰਮ? 7 ਵਜੇ ਉੱਠ ਜਾਂਦੇ ਹਾਂ, ਇਹ ਸਵੇਰੇ ਤਾਂ ਪਹਿਲਾਂ 6 ਵਜੇ ਉੱਠਿਆ, ਧੱਕੇ ਨਾਲ ਇਹਨੂੰ ਫੇਰ ਸਵਾਇਆ, ਇਹ 7 ਵਜੇ ਅਲਾਰਮ ਵੱਜਣ ਤੋਂ 3 ਮਿੰਟ ਪਹਿਲਾਂ ਉੱਠ ਗਿਆ। ਅਤੇ ਆਪਾਂ ਹੁਣ ਪੀ ਲਈ ਚਾਹ, ਅਤੇ ਅਸੀਂ ਰਾਤੀ ਆ ਗਏ ਸੀ ਪਾਰਟੀ ਤੋਂ, ਸਾਨੂੰ 11 ਵਜ ਗਏ ਸੀ ਨਾ ਤਨ ਆਣ ਕੇ ਸਕੂਲ ਦਾ, ਸਾਨੂੰ ਕੰਮ ਕਰਾਇਆ ਉਹਦਾ ਥੋੜ੍ਹਾ ਜਿਹਾ ਰਹਿ ਗਿਆ ਸੀ, ਉਹ ਆਉਂਦਾ ਮੈਂ ਸੌਣਾ ਨਹੀਂ ਆ। ਅਤੇ ਹੁਣ ਸਾਡੇ ਘਰ ਖਲਾਰਾ ਬਹੁਤ ਪਿਆ, ਹੁਣ ਅਸੀਂ ਜਾਗ ਕਲੀਏ, ਅਤੇ ਸਾਹਿਬ ਹੁਣੀ ਆਉਂਦੀ ਛੱਡ ਦਿਉ, ਅਤੇ ਆਪਾਂ ਬਸ ਚੱਪਲਾਂ ਚੁੱਕਣੀਆਂ। ਸਾਰੇ ਜਣੇ ਕਮੈਂਟ ਕਰਦੇ ਵੀ ਇਹ ਕਿਉਂ ਰੋਂਦਾ ਸੀ, ਤੁਸੀਂ ਦੱਸਿਆ ਨਹੀਂ, ਇਹ ਤਾਂ ਰੋਂਦਾ ਸੀ ਕਿਉਂਕਿ ਇਹ ਚੱਪਲਾਂ ਪਾਉਂਦਾ ਮੂੰਹ 'ਚ, ਆਪਾਂ ਇਹਨੂੰ ਗੁੱਸੇ ਹੋਏ, ਅਤੇ ਇਹ ਬਸ ਹੋ ਗਿਆ ਸ਼ੁਰੂ ਵੀ ਹਾਂ ਬਈ ਵੇਖਿਆ। ਹੁਣ ਵੀ ਜਿੰਨਾ ਉਹਨੂੰ ਥੱਲੇ ਚੱਪਲਾਂ ਦੇਖ ਲਈਆਂ ਮੇਰੀਆਂ, ਹਾਏ ਇੱਧਰ ਕਿਉਂ ਤਰਨਾ, ਇੱਧਰ ਕਿਉਂ, ਇੱਧਰ ਕਿਉਂ, ਕੀ ਇਹ ਕੀ ਗੱਲ ਹੁੰਦੀ ਆ ਹੈ? ਹਾਂਜੀ ਹਾਂਜੀ ਜੀ ਹਾਂਜੀ, ਦੱਸੋ ਕੀ ਹੋ, ਆਪਣੇ ਦੰਦ ਹੀ ਵਿਖਾਲ ਦਿਓ, ਸਾਰਿਆਂ ਨੂੰ ਦੰਦ ਵਿਖਾਲ ਦਿਓ, ਕਿੱਥੇ ਗਏ ਸਾਹਿਬਾਂ ਦੇ ਦੰਦ, ਕਿੱਥੇ ਸਾਹਿਬਾਂ ਦੇ, ਦਿਖਾਲ ਦਿਓ ਦਿਖਾਲ ਦਿਓ ਦਿਖਾਲ ਦਿਓ, ਉਹ ਦਿਖ ਗਈ
ਹਨਾ ਵੀ ਇੱਦਾਂ ਦੇ ਦੇਖ ਕੇ ਸਾਡੇ ਜੀ ਠੰਡ ਬਹੁਤ ਜ਼ਿਆਦਾ ਹੋ ਗਈ ਸਾਡੇ ਅਸੀਂ ਤਾਂ ਫਿਰ ਘਰੇ ਬਿਮਾਰ ਹੋ ਗਏ ਸਾਰੇ ਜਾਣੇ ਇੰਨੀ ਜ਼ਿਆਦਾ ਠੰਡ ਆ ਪਰ ਤਰਨਾ ਅੱਜ ਵੀ ਧੁੱਪ ਜੀ ਲੱਗ ਜਾਣੀ ਠੰਡ ਜ਼ਿਆਦਾ ਹੋਣੀ ਆ ਧੁੱਪ ਲੱਗ ਨਹੀਂ ਜਾਣੀ ਮੈਨੂੰ ਲੱਗਦਾ ਧੁੱਪ ਲੱਗ ਗਈ ਆ ਬਾਹਰ